दो टोल प्लाजे अज रात नूं तकरीबन 12 बजे बंद हो जाएंगे, जिस नाल लोकां नूं बहुत वड्डी राहत मिलेगी। असीं पहलां राजनीतिक लोक आए तो कैंसर दे लई सिर दुखदे दे गोलियां दिंदे रहे ने, पर हुण मान साहब ने वो कैंसर का पूरी तरह ऑपरेट करता, ऑपरेशन करके कैंसर बाहर कढ़ता। जो गड्डी 12:01 दे इत्थों पास होगी उसका टोल टैक्स नहीं लगेगा। पर हुण पंजाब दे विच पंजाब दे लोकां ने एक इमानदार सरकार बनाई आ, जिहड़ी लोक पक्षी फैसले लै रही आ, ते हुण जिन्ने भी टोल प्लाजियां दा समां लंघूगा ते सारे दे सारे टोल प्लाजे उह बंद कीते जाणगे। पंजाबी लोक चैनल ते तुहाडा स्वागत है, मैं अमनदीप सिंह माझा। पंजाब दे मुख्यमंत्री भगवंत सिंह मान वल्लों अज पंजाब दे दो टोल प्लाजा बंद करन दे निर्देश दित्ते गए ने। ਕਿਹੜੇ ਕਿਹੜੇ ਟੋਲ ਪਲਾਜ਼ਾ ਨੇ ਪਹਿਲਾਂ ਵੀ ਤੁਹਾਨੂੰ ਖਬਰਾਂ ਦਿਖਾਈਆਂ ਨੇ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਹਲਕਾ ਧੂਰੀ 'ਚ ਉਹ ਟੋਲ ਪਲਾਜ਼ਾ ਜਿਹੜਾ ਸੰਗਰੂਰ ਤੋਂ ਜਦੋਂ ਧੂਰੀ ਨੂੰ ਜਾਂਦਿਆ ਉਹ ਹਾਈਵੇ 'ਤੇ ਆ, ਪਿੰਡ ਲੱਡੇ ਦੇ ਕਰੀਬ ਉੱਥੇ ਅਸੀਂ ਮੌਜੂਦ ਹਾਂ। ਇਹ ਟੋਲ ਪਲਾਜ਼ੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇੱਥੇ ਸਟੇਜ ਵੀ ਲੱਗੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵਰਕਰਾਂ ਨਾਲ ਵਰਕਰ ਮਿਲਣੀ ਕੀਤੀ ਇੱਥੇ ਨੇੜੇ ਪੈਲਸਾ ਪੈਲਸ ਦੇ ਵਿੱਚ। ਸੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਪਹਿਲਾਂ ਕੁਝ ਸਮਾਂ ਕੁਝ ਘੰਟੇ ਇਹ ਟੋਲ ਪਲਾਜ਼ਾ ਬੰਦ ਰਿਹਾ, ਉਸ ਤੋਂ ਬਾਅਦ ਇਹ ਟੋਲ ਪਲਾਜ਼ਾ ਫਿਰ ਸ਼ੁਰੂ ਹੋ ਗਿਆ। ਇਹ ਟੋਲ ਪਲਾਜ਼ਾ ਜਾਨੀ ਕਿ ਅੱਜ ਰਾਤ ਨੂੰ 12 ਵਜੇ ਤੱਕ ਚੱਲੇਗਾ। 12 ਵਜੇ ਤੋਂ ਬਾਅਦ ਇਹ ਟੋਲ ਪਲਾਜ਼ਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਸਮਾਂ ਸੀਮਾ ਪੂਰੀ ਹੋ ਚੁੱਕੀ ਆ, ਪਰ ਕੰਪਨੀਆਂ 6 ਮਹੀਨੇ ਦਾ ਸਮਾਂ ਹੋਰ ਮੰਗਦੀਆਂ ਸਨ, ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਕਿ ਲੋਕਾਂ ਦੀ ਲੁੱਟ ਅਸੀਂ ਆਪਣੀ ਸਰਕਾਰ ਦੇ ਵਿੱਚ ਨਹੀਂ ਹੋਣ ਦੇਵਾਂਗੇ। ਸਮਾਂ ਸੀਮਾ ਪੂਰੀ ਹੋ ਗਈ ਆ। ਦੋ ਟੋਲ ਪਲਾਜ਼ਾ ਨੇ, ਇੱਕ ਇਹ ਧੂਰੀ ਵਾਲਾ ਅਤੇ ਦੂਜਾ ਟੋਲ ਪਲਾਜ਼ਾ ਮਲੇਰਕੋਟਲਾ ਜ਼ਿਲ੍ਹਾ ਬਣ ਗਿਆ, ਯਾਨੀ ਕਿ ਮਲੇਰਕੋਟਲੇ ਜ਼ਿਲ੍ਹੇ 'ਚ ਪੈਂਦਾ। ਜੋ ਮਲੇਰਕੋਟਲੇ ਤੋਂ ਆਪਾਂ ਲੁਧਿਆਣੇ ਨੂੰ ਜਾਂਦੇ ਹਾਂ ਅਹਿਮਦਗੜ੍ਹ ਦੇ ਕਰੀਬ ਆ, ਉਹ ਟੋਲ ਪਲਾਜ਼ਾ ਵੀ ਅੱਜ ਰਾਤ ਨੂੰ 12 ਵਜੇ ਬੰਦ ਹੋ ਜਾਵੇਗਾ। ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੰਗਰੂਰ, ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਚੁੱਕੇ ਗੁਰਮੇਲ ਸਿੰਘ ਘਰਾਚੋਂ ਸਾਡੇ ਨਾਲ ਮੌਜੂਦ ਨੇ। ਘਰਾਚੋਂ ਸਾਹਿਬ, ਦੋ ਟੋਲ ਪਲਾਜ਼ੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਮੁੱਖ ਮੰਤਰੀ ਸਾਹਿਬ, ਆ ਪਹੁੰਚੇ, ਕਿੰਨੀ ਕੁ ਰਾਹਤ ਮਿਲੂ ਆਮ ਲੋਕਾਂ ਨੂੰ ਜੀ? ਦੇਖੋ ਜੀ, ਦੋ ਟੋਲ ਪਲਾਜ਼ੇ ਅੱਜ ਰਾਤ ਨੂੰ ਤਕਰੀਬਨ 12 ਵਜੇ ਬੰਦ ਹੋ ਜਾਣਗੇ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ। ਜੇਕਰ ਇੱਥੋਂ ਗੱਲ ਕਰੀਏ, ਇੱਕ ਸਾਈਡ ਦੀ ਜੋ ਪਰਚੀ ਸੀ 85 ਰੁਪਏ ਸੀਗੀ, ਜੇ ਧੂਰੀ ਦੇ ਲੋਕਾਂ ਦੀ ਮੇਨ ਸਮੱਸਿਆ ਸੀ, ਆਲੇ ਦੁਆਲੇ ਦੇ ਪਿੰਡਾਂ ਦੀ ਮੇਨ ਸਮੱਸਿਆ ਸੀ, ਉਹ ਟੋਲ ਪਲਾਜ਼ਾ ਸੀ। ਪਹਿਲਾਂ ਰਾਜਨੀਤਿਕ ਲੋਕ ਆਏ ਅਤੇ ਕੈਂਸਰ ਦੇ ਲਈ ਸਿਰ ਦੁਖਦੇ ਦੇ ਗੋਲੀਆਂ ਦਿੰਦੇ ਰਹੇ ਨੇ, ਪਰ ਹੁਣ ਮਾਨ ਸਾਹਿਬ ਨੇ ਉਹ ਕੈਂਸਰ ਦਾ ਪੂਰੀ ਤਰ੍ਹਾਂ ਓਪਰੇਟ ਕਰਤਾ, ਓਪਰੇਸ਼ਨ ਕਰਕੇ ਕੈਂਸਰ ਬਾਹਰ ਕੱਢਤਾ ਅਤੇ ਲੋਕਾਂ ਨੂੰ ਰਾਹਤ ਦਿੱਤੀ ਹੈਗੀ। ਬਿਲਕੁਲ, ਕਿਵੇਂ ਦੇਖਦੇ ਹੋ ਘਰਾਚੋਂ ਜੀ, ਜਿਵੇਂ ਗੱਲਬਾਤ ਹੁੰਦੀ ਹੈ, ਮਾਨ ਸਾਹਿਬ ਨੇ ਅੱਜ ਵੀ ਜ਼ਿਕਰ ਕੀਤਾ ਇਹ ਗੱਲ ਦਾ ਕਿ ਜਿਹੜੀਆਂ ਕੰਪਨੀਆਂ ਤੋਂ 6 ਮਹੀਨੇ ਦਾ ਸਮਾਂ ਮੰਗਦੀਆਂ ਸੀ ਕਿ 6 ਮਹੀਨੇ ਐਕਸਟੈਂਡ ਕਰੋ ਜੀ, ਸਾਨੂੰ ਦਿੱਕਤਾਂ ਨੇ, ਕਰੋਨਾ ਲੰਘਿਆ ਜਾਂ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਲੰਘਿਆ, ਉਹ ਸਮਾਂ ਮੰਗ ਰਹੀ ਸੀ ਕੰਪਨੀ? ਦੇਖੋ, ਕੰਪਨੀ 6 ਮਹੀਨੇ ਦਾ ਸਮਾਂ ਮੰਗ ਰਹੀ ਸੀ, ਜਾਂ ਦੂਜੀ ਆਪਸ਼ਨ ਉਹਨਾਂ ਨੇ ਰੱਖੀ ਸੀ ਤਕਰੀਬਨ ਵੀ 50 ਕਰੋੜ ਰੁਪਇਆ ਦਿੱਤਾ ਜਾਵੇ, ਤਾਂ ਮਾਨ ਸਾਹਿਬ ਨੇ ਦੋਨੋਂ ਉਹਨਾਂ ਦੀਆਂ ਮੰਗਾਂ ਠੁਕਰਾ ਦੀਆਂ ਅਤੇ ਜਿਹੜਾ ਸਮਾਂ ਸੀ ਇਹਦਾ ਅੱਜ ਰਾਤ ਨੂੰ 12 ਵਜੇ ਟੋਲ ਬੰਦ ਕਰਨ ਦੇ ਉਦੇਸ਼ ਦੇ ਦਿੱਤੇ ਨੇ। ਜੋ ਗੱਡੀ 12:01 ਦੇ ਇੱਥੋਂ ਪਾਸ ਹੋਊਗੀ ਉਸਦਾ ਟੋਲ ਟੈਕਸ ਨਹੀਂ ਲੱਗੂਗਾ। ਠੀਕ ਹੈ, ਬਾਕੀ ਕਿਵੇਂ ਦੇਖਦੇ ਹੋ? ਮਾਨ ਸਾਹਿਬ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਹੋਰ ਟੋਲ ਪਲਾਜ਼ਿਆਂ 'ਤੇ ਵੀ ਸਾਡੀ ਨਿਗਾਹ, ਕਿਉਂਕਿ ਪਿਛਲੀਆਂ ਸਰਕਾਰਾਂ 'ਚ ਆਪਾਂ ਦੇਖਦੇ ਸੀ, ਕਈ ਵਾਰੀ ਰੋਪੜ ਤੋਂ ਖਬਰ ਆਉਂਦੀ ਸੀ ਜਾਂ ਹੋਰ ਜ਼ਿਲ੍ਹਿਆਂ 'ਚੋਂ ਖਬਰ ਆਉਂਦੀ ਸੀ ਕਿ ਇਹ ਟੋਲ ਪਲਾਜ਼ਾ ਜੀ ਇਹਦੀ ਮਤਲਬ ਵੈਧਤਾ ਤਾਂ ਖਤਮ ਹੋ ਚੁੱਕੀ ਆ ਪਰ ਚੱਲ ਰਿਹਾ, ਕੀ ਲੱਗਦਾ ਤੁਹਾਨੂੰ, ਪਹਿਲਾਂ ਸਰਕਾਰਾਂ ਰਲ ਮਿਲ ਕੇ ਇਹ ਚਲਾ ਦਿੰਦੇ ਸੀ? ਦੇਖੋ, ਪਹਿਲਾਂ ਕੀ ਸੀ, ਜਦੋਂ ਟੋਲ ਪਲਾਜ਼ਿਆਂ ਦਾ ਸਮਾਂ ਲੰਘ ਜਾਂਦਾ ਸੀ ਤਾਂ ਜਿਹੜੇ ਉਸ ਟਾਈਮ ਦੇ ਮੰਤਰੀ ਹੁੰਦੇ ਸੀ ਜਾਂ ਸਰਕਾਰਾਂ ਹੁੰਦੀਆਂ ਸੀ ਆਪਣਾ ਕਮਿਸ਼ਨ ਕਰ ਲੈਂਦੀਆਂ ਸੀ ਅਤੇ ਟੋਲ ਪਲਾਜ਼ਿਆਂ ਦੇ ਜਿਹੜਾ ਸਮਾਂ ਹੁੰਦਾ ਸੀ ਉਹ ਵਧਾ ਦਿੰਦੀਆਂ ਸੀ। ਪਰ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਇਮਾਨਦਾਰ ਸਰਕਾਰ ਬਣਾਈ ਆ, ਜਿਹੜੀ ਲੋਕ ਪੱਖੀ ਫੈਸਲੇ ਲੈ ਰਹੀ ਆ, ਅਤੇ ਹੁਣ ਜਿੰਨੇ ਵੀ ਟੋਲ ਪਲਾਜ਼ਿਆਂ ਦਾ ਸਮਾਂ ਲੰਘੂਗਾ ਅਤੇ ਸਾਰੇ ਦੇ ਸਾਰੇ ਟੋਲ ਪਲਾਜ਼ੇ ਉਹ ਬੰਦ ਕੀਤੇ ਜਾਣਗੇ। ਬਿਲਕੁਲ, ਯਾਨੀ ਕਿ ਸ਼ੁਰੂਆਤ ਤਾਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਹਲਕੇ ਤੋਂ ਕਰਤੀ ਜੀ, ਧੂਰੀ ਹਲਕੇ ਤੋਂ ਹੀ ਕਰਤੀ ਫਿਰ? ਬਿਲਕੁਲ, ਦੇਖੋ, ਧੂਰੀ ਵਾਲੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਵੀ ਇਹ ਟੋਲ ਪਲਾਜ਼ਾ ਬੰਦ ਕੀਤਾ ਜਾਵੇ, ਅਤੇ ਮਾਨ ਸਾਹਿਬ ਨੇ ਉਹਨਾਂ ਦੀ ਜੋ ਮੰਗ ਸੀ, ਜਾਇਜ਼ ਮੰਗ ਸੀ, ਉਹ ਬਿਲਕੁਲ ਪੂਰੀ ਕੀਤੀ ਹੈਗੀ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਗਿਫਟ ਦਿੱਤਾ ਗਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਜਿੰਨਾ ਜਿੰਨਾ ਟੋਲ ਪਲਾਜ਼ਿਆਂ ਦਾ ਸਮਾਂ ਪੂਰਾ ਹੋਊ,
ਹੋਊਗਾ ਤੇ ਉਹ ਸਾਰੇ ਟੋਲ ਪਲਾਜ਼ੇ ਚੱਕੇ ਜਾਣਗੇ। ਬਿਲਕੁਲ, ਪਰ ਜੇ ਗੱਲਬਾਤ ਕਰੀਏ ਘਰਾਚੋ ਸਾਹਿਬ, ਜਿਵੇਂ ਟੋਲ ਪਲਾਜ਼ਾ ਬੰਦ ਕਰਤਾ ਜੀ, ਹੁਣ ਰੋਡ ਨੂੰ ਮੇਨਟੇਨ ਰੱਖਣਾ, ਇਹਦੀ ਫੇਰ ਸਾਂਭ ਸੰਭਾਲ ਕਰਨੀਆਂ, ਫਿਰ ਆਉਣ ਵਾਲੇ ਮਤਲਬ ਪਲੈਨਿੰਗ ਕੀ ਹੋਊਗੀ ਸਰਕਾਰ ਦੀ, ਕੀ ਲੱਗਦਾ ਤੁਹਾਨੂੰ, ਕਿਉਂਕਿ ਟੋਲ ਪਲਾਜ਼ਾ ਜਦੋਂ ਖਤਮ ਹੋ ਗਿਆ ਜੀ, ਸੜਕਾਂ ਟੁੱਟਦੀਆਂ ਨੇ, ਫਿਰ ਸਰਕਾਰ ਆਪ ਸੰਭੂ ਇਹਨਾਂ? ਦੇਖੋ, ਲੋਕ ਕੀ ਕਰਦੇ ਨੇ, 8% ਗੱਡੀਆਂ ਜਦੋਂ ਲੈਂਦੇ ਨੇ ਉਹ ਤਾਂ ਟੈਕਸ ਦਿੰਦੇ ਨੇ, ਅਤੇ ਉਹ ਪੈਸਾ ਰੋਡਾਂ ਦੇ ਲਈ ਹੁੰਦਾ, ਅਤੇ ਉਹ ਪੈਸਾ ਇਹ ਰੋਡਾਂ 'ਤੇ ਲੱਗੇਗੂ ਜੀ, ਲੱਗੂ। ਯਾਨੀ ਕਿ ਟੋਲ ਪਲਾਜ਼ਾ ਤਕਰੀਬਨ ਪੰਜਾਬ ਦੀ ਗੱਲ ਕਰੀਏ ਵੀ ਸਟੇਟ ਹਾਈਵੇ ਵਾਲੇ ਤਾਂ ਖਤਮ ਕਰ ਦੋਗੇ, ਇਹਦਾ ਮਤਲਬ ਸਮਾਂ ਸੀਮਾ ਜਿਨ੍ਹਾਂ ਦੀ ਪੂਰੀ ਹੋਈ ਜੇ ਉਹ ਖਤਮ ਹੋਈ ਜਾਣ? ਬਿਲਕੁਲ, ਜਿੰਨਾ ਟੋਲ ਪਲਾਜ਼ਿਆਂ ਦਾ ਸਮਾਂ ਪੂਰਾ ਹੋਊਗਾ ਅਤੇ ਅਸੀਂ ਉਹ ਟੋਲ ਪਲਾਜ਼ੇ ਖਤਮ ਪੰਜਾਬ ਦੇ ਵਿੱਚੋਂ ਕੀਤੇ ਜਾਣਗੇ ਅਤੇ ਪੰਜਾਬ ਨੂੰ ਟੋਲ ਮੁਕਤ ਕੀਤਾ ਜਾਊਗਾ। ਠੀਕ ਹੈ, ਬਿਲਕੁਲ। ਅਤੇ ਮੁੱਖ ਮੰਤਰੀ ਸਾਹਿਬ ਨੇ ਫਿਰ ਮੀਟਿੰਗ ਵੀ ਕੀਤੀ ਇੱਥੇ ਵਰਕਰਾਂ ਨਾਲ, ਇੱਥੇ ਪੈਲਸ 'ਚ ਰਹੇ ਨੇ, ਕਾਫੀ ਟਾਈਮ ਰੁਕੇ ਨੇ? ਬਿਲਕੁਲ, ਮਾਨ ਸਾਹਿਬ ਕਾਫੀ ਸਮੇਂ ਇੱਥੇ ਪੈਲਸ ਦੇ ਵਿੱਚ ਰੁਕੇ ਨੇਗੇ ਅਤੇ ਲੋਕਾਂ ਦੇ ਨਾਲ, ਜਿਹੜੇ ਇੱਥੇ ਧੂਰੀ ਦੇ ਲੋਕ ਸੀ ਜਿਹੜੇ, ਉਹਨਾਂ ਦੀ ਸਮੱਸਿਆ ਸੀ, ਉਹ ਸਮੱਸਿਆ ਸੁਣੀਆਂ, ਉਹਨਾਂ ਨੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਮਾਂ ਦਿੱਤਾ। ਠੀਕ ਹੈ, ਕੀ ਲੱਗਦਾ ਸਰਕਾਰ ਵਧੀਆ ਤਰੀਕੇ ਨਾਲ ਚੱਲ ਰਹੀ ਆ ਜੀ? ਵਿੱਚ ਕਿਤੇ ਨਾ ਕਿਤੇ ਧਰਨਿਆਂ ਦੀ ਗੱਲ ਆਉਂਦੀ ਆ ਕਿ ਧਰਨੇ ਉਵੇਂ ਜਮੀਂ ਚੱਲਦੇ ਨੇ ਜੀ, ਪ੍ਰਦਰਸ਼ਨ ਮੁੱਖ ਮੰਤਰੀ ਸਾਹਿਬ ਦੀ ਕੋਠੀ ਸੰਗਰੂਰ ਅੱਗੇ ਵੀ ਕਿਤੇ ਨਾ ਕਿਤੇ ਹੋ ਰਹੇ ਨੇ, ਕੀ ਗੱਡੀ ਲੈਣ 'ਤੇ ਆਉਣ ਨੂੰ ਸਮਾਂ ਲੱਗੂ ਕੁਛ? ਦੇਖੋ, ਗੱਡੀ ਬਿਲਕੁਲ ਲਾਈਨ 'ਤੇ ਆ ਚੁੱਕੀ ਹੈਗੀ, ਸਾਨੂੰ 6 ਮਹੀਨਿਆਂ ਦਾ ਅਸੀਂ ਸਮਾਂ ਮੰਗਿਆ ਸੀ, ਸਿਰਫ 5 ਮਹੀਨੇ ਹੋਏ ਨੇਗੇ ਅਤੇ ਗੱਡੀ ਲਾਈਨ 'ਤੇ ਆ ਚੁੱਕੀ ਆ, ਸਟਾਰਟ ਹੋ ਚੁੱਕੀ ਆ। ਜੋ ਧਰਨਿਆਂ ਦੀ ਗੱਲ ਕਰਦੇ ਹਾਂਗੇ, ਪਹਿਲਾਂ 4.5 ਸਾਲ ਕੋਈ ਵੀ ਸਰਕਾਰ ਕੰਮ ਨਹੀਂ ਕਰਦੀ ਸੀ ਅਤੇ 4.5 ਸਾਲ ਲੋਕ ਧਰਨੇ ਵੀ ਨਹੀਂ ਲਗਾਉਂਦੇ ਸੀਗੇ, ਪਰ ਹੁਣ ਜਦੋਂ ਲੋਕਾਂ ਨੂੰ ਉਮੀਦਾਂ ਵੱਧ ਚੁੱਕੀਆਂ ਨੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਣ ਲੱਗ ਗਿਆ, ਜੋ ਉਹਨਾਂ ਦੀਆਂ ਮੰਗਾਂ ਸੀ ਉਹ ਪੂਰੀਆਂ ਹੋਣ ਲੱਗੀਆਂ, ਇਸ ਲਈ ਬਾਕੀ ਲੋਕਾਂ ਦੇ ਵਿੱਚ ਵੀ ਇਹ ਥੋੜ੍ਹੀ ਜਿਹੀ ਉਮੀਦ ਜਾਗੀ ਵੀ ਅਸੀਂ ਪਿੱਛੇ ਨਾ ਰਹਿ ਜਾਈਏ, ਇਸ ਲਈ ਉਹ ਆਪਣੀਆਂ ਮੰਗਾਂ ਦੇ ਲਈ ਧਰਨੇ ਲਗਾ ਰਹੇ ਨੇ। ਬਿਲਕੁਲ, ਵਿਜੇਂਦਰ ਸਿੰਗਲਾ ਸਾਬਕਾ ਕੈਬਨਿਟ ਮਿਨਿਸਟਰ ਨੇ, ਤੁਹਾਡੇ ਹਲਕੇ ਦੇ ਨੇ, ਮਤਲਬ ਵਿਧਾਇਕ ਰਹੇ ਨੇ, MLA ਰਹੇ ਨੇ, ਤੁਹਾਡੇ ਨਾਲ ਵੀ ਕਾਫੀ ਉਦੋਂ ਰੰਜਸ ਹੋਈ, ਗੱਲਬਾਤ ਸਾਹਮਣੇ ਆਉਂਦੀ, ਪਰਚਿਆਂ ਤੱਕ ਹੋਏ, ਬਹੁਤ ਕੁਛ ਹੋਇਆ, ਪਰ ਹੁਣ ਵਿਜੀਲੈਂਸ ਦੀ ਰਡਾਰ 'ਤੇ ਦੱਸੇ ਜਾ ਰਹੇ ਨੇ, ਫਾਈਲਾਂ ਖੁੱਲੀਆਂ ਨੇ, ਕੀ ਲੱਗਦਾ ਕਰਪਸ਼ਨ ਹੋਈ ਜਾਂ ਉਦੋਂ ਵੱਡੇ ਘਪਲੇ ਹੋਏ ਨੇ, ਕੀ ਲੱਗਦਾ? ਦੇਖੋ ਜੀ, ਕਰਪਸ਼ਨ ਬਹੁਤ ਵੱਡੇ ਪੱਧਰ 'ਤੇ ਹੋਈ ਆ, ਹਾਲ ਸ਼ੁਰੂਆਤ ਸਿਰਫ 5 ਕਰੋੜ ਤੋਂ ਹੋਈ ਆ, ਤਾਂ ਇਹ ਕਈ 100 ਕਰੋੜਾਂ ਤੱਕ ਬਹੁਤ ਜਲਦੀ ਜਾ ਰਹੀ ਹੈਗੀ। ਠੀਕ ਹੈ, ਯਾਨੀ ਕਿ ਤਫਤੀਸ਼ ਪੂਰੀ ਹੋਣੀ ਆ ਪੂਰੀ, ਕਿਉਂਕਿ PWD ਮਹਿਕਮਾ ਬਹੁਤ ਸਮਾਂ ਰਿਹਾ, ਸਿੱਖਿਆ ਮੰਤਰੀ ਰਹੇ ਨੇ ਸਾਬਕਾ ਕੈਬਨਿਟ ਮਿਨਿਸਟਰ ਕੁਛ ਸਮੇਂ, ਕੀ ਲੱਗਦਾ ਤੁਹਾਨੂੰ ਵੀ ਪੂਰੀ ਤਫਤੀਸ਼ ਐਨ ਹੋ ਜਾਣੀ ਆ ਪੂਰੀ ਡੀਪਲੀ ਤੌਰ 'ਤੇ? ਬਿਲਕੁਲ, ਪੂਰੀ ਤਰੀਕੇ ਨਾਲ ਤਫਤੀਸ਼ ਹੋਊ ਅਤੇ ਉਹਨਾਂ ਨੂੰ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਬੁਲਾਇਆ ਜਾਊਗਾ। ਸੰਗਰੂਰ ਤੋਂ ਇੰਚਾਰਜ ਗੁਰਮੇਲ ਸਿੰਘ ਘਰਾਚੋਂ, ਜਿਨ੍ਹਾਂ ਨੇ ਕਿਹਾ ਕਿ ਟੋਲ ਪਲਾਜ਼ਾ ਬੰਦ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਕਿਉਂਕਿ ਪੰਜਾਬ ਦੇ ਵਿੱਚ 2 ਟੋਲ ਪਲਾਜ਼ਾ ਅੱਜ ਬੰਦ ਕੀਤੇ ਗਏ ਨੇ, ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਉਹ ਟੋਲ ਪਲਾਜ਼ਾ ਪਰਚੀ ਨਹੀਂ ਕੱਟਣਗੇ, ਯਾਨੀ ਕਿ ਇਹ ਟੋਲ ਪਲਾਜ਼ੇ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਮਾਨਸਾਰ ਸਰਕਾਰ ਨੇ ਇਹ ਵੱਡਾ ਪਹਿਲਕਦਮੀ, ਕਿਉਂਕਿ ਉਹਨਾਂ ਨੇ ਕਿਹਾ ਕਿ ਸਮਾਂ ਸੀਮਾ ਕੰਪਨੀਆਂ ਮੰਗਦੀਆਂ ਸੀ ਪਰ ਉਹਨਾਂ ਨੂੰ ਐਕਸਟੈਂਡ ਨਹੀਂ ਕੀਤਾ ਗਿਆ, ਅਤੇ ਇਹ ਟੋਲ ਪਲਾਜ਼ੇ ਹੁਣ ਜੇ ਗਿਣਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ 2 ਟੋਲ ਪਲਾਜ਼ਾ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਘੱਟ ਅਤੇ ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਕੈਮਰਾਮੈਨ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।